कृपा करहु दीन के दाते। मेरा गुण अवगुण ना विचारो कोई, माटी का क्या धोपै स्वामी, मानस की गत एही, बाणी गुरु गुरु है बाणी, विच बाणी अमृत सारे, गुरबाणी कहे सेवक जन माने, परतख गुरु निस्तारे, सज्जन सच्चा पात साहो, सिर साहां दे साहो, जिस पास बैठिया सोहिया, सबना दा वेसा हो। सतनाम श्री वाहिगुरु साहिब जीओ, नमो दान दाने, नमो मान माने, नमो रोग रोगे, नमस्तं इसनानं, नमो दान दाने। परम सन्मानियो गुरु रूप गुरु खालसा साध संगत जीओ, सिनेमर फतेह प्रवान करो जी। वाहिगुरु जी का खालसा, वाहिगुरु जी की फतेह। आप सरबत संगत बड़े प्रेम दे नाल कलगीधर स्वामी जी की उचारण कीती हुई श्री मुखवाक बाणी श्री जाप साहब की कथा बड़े प्रेम सत्कार दे सहत श्रवण करन दा यतन करो। कलगीधर जी महाराज वाहिगुरु परमेश्वर जी की उस्तत करते हुए कृपा करते ने फरमाते हैं, वाहिगुरु जी नमो दान दाने। हे वाहिगुरु परमेश्वर जी, आप जिहड़े दान करन वाले ने, संसार नू दातां वंडन वाले ने, वड्डे वड्डे दानी ने, दान करते ने, गरीबां दी मदद करते ने, उन्हां नू भी दाने दान करन वाले हो, क्योंकि जिन्हां भी दातां ने, अमीर लोक, धर्मी लोक, उस वाहिगुरू की समगरी चों, उस वाहिगुरू दियां दित्तियां होईयां दातां दे विच्चों ही अगे वंडदे ने। इस करके वाहिगुरू परमेश्वर की है, नमो दान दाने, दानियां नूं भी दान देण वाला है। ऐसे वाहिगुरू जी नूं नमो नमस्कार है। जां दान दा फारसी दे विच अर्थ हुंदा है दाना, मैंने विद्वान सियाणा बजुर्ग, तां जिहड़े सियाणे ने दाने ने विद्वान ने, उन्हां दे विच्चों सब तो वड्डा दाना कौन है, सियाणा कौन है, बुद्धिमान कौन है, चतुर कौन है, वह है वाहिगुरु परमेश्वर। इस करके महाराज कहिंदे भी असी जिहड़ा दानियां दा भी दाना है, सियाणियां दा भी सियाणा है, सियाणियां विच्चों श्रोमणी सियाणा, विद्वानां विच्चों श्रोमणी विद्वान,
ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਅਤੇ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮੋ ਨਮਸਕਾਰ ਹੈ ਨਮੋ ਦਾਨ ਦਾਨੇ ਦਾਨ ਦਾ ਅਰਥ ਇੱਕ ਇਹ ਵੀ ਹੁੰਦਾ ਹੈ ਜਾਨਣਾ ਜਿਵੇਂ ਬਾਣੀ ਆਉਂਦੀ ਨਾ ਦਾਨਾ ਬੀਨਾ ਸਾਈ ਮਹਿੰਡਾ ਨਾਨਕ ਸਾਰ ਨਾ ਜਾਣਾ ਤੇਰੀ ਦਾਨੇ ਦਾ ਇੱਕ ਅਰਥ ਹੁੰਦਾ ਜਾਨਣਾ ਜਿਹੜਾ ਜਾਣਦਾ ਹੈ ਨਮੋ ਦਾਨ ਹੇ ਅਕਾਲ ਪੁਰਖ ਜੀ ਆਪ ਜੀ ਨੂੰ ਨਮਸਕਾਰ ਹੈ ਆਪ ਦਾਨ ਨੂੰ ਦਾਨੇ ਜਾਣਦੇ ਹੋ ਆਪ ਜਾਣਦੇ ਹੋ ਕਿ ਕਿਹੜੇ ਸਮੇਂ ਵਿੱਚ ਕਿਹੜਾ ਦਾਨ ਕੀਤਾ ਜਾਵੇ ਉਹਦਾ ਕੀ ਫਲ ਪ੍ਰਾਪਤ ਹੋਵੇਗਾ ਦਾਨ ਨੂੰ ਸਹੀ ਰੂਪ ਦੇ ਵਿੱਚ ਪਰਮੇਸ਼ਰ ਹੀ ਜਾਣਦਾ ਹੈ ਕਿ ਇਸ ਦਾਨ ਦਾ ਕੀ ਫਲ ਸਾਨੂੰ ਮਿਲੇਗਾ ਕਰਨ ਵਾਲੇ ਨੂੰ ਦਾਨ ਕੀ ਹੈ ਇੱਕ ਧਰਮ ਕਰਮ ਅਤੇ ਧਰਮ ਕਰਮ ਦਾ ਫਲ ਜਿਹੜਾ ਹੈ ਉਹ ਸਿਰਫ ਵਾਹਿਗੁਰੂ ਜਾਣਦਾ ਹੈ ਕਈ ਵਾਰੀ ਮਨ ਦੇ ਵਿੱਚ ਇਹ ਸੰਸਾ ਆ ਸਕਦਾ ਹੈ ਵੀ ਮੈਂ ਬਾਣੀ ਪੜ੍ਹਦਾ ਵਾਂ ਧਰਮ ਕਰਮ ਕਰਦਾ ਵਾਂ ਮੈਨੂੰ ਇਹਦਾ ਕੀ ਫਲ ਮਿਲੂਗਾ ਤਾਂ ਉਹ ਫਿਰ ਕੀ ਹੁੰਦਾ ਹੈ ਕਿ ਮਨ ਕਈ ਵਾਰੀ ਫਿਰ ਕਮਜ਼ੋਰੀ ਦਿਖਾ ਜਾਂਦਾ ਹੈ ਵੀ ਕੁਛ ਨਹੀਂ ਰੱਖਿਆ ਤਾਂ ਦਾਨ ਦੇ ਫਲ ਨੂੰ ਮੈਨੇ ਭਾਵ ਅਰਥ ਕੀ ਹੋ ਗਿਆ ਧਰਮ ਕਰਮ ਧਰਮ ਕਰਮ ਦਾ ਫਲ ਕੀ ਮਿਲੇਗਾ ਇਹਨੂੰ ਸਿਰਫ ਵਾਹਿਗੁਰੂ ਜਾਣਦਾ ਹੈ ਵੈਸੇ ਗੁਰਬਾਣੀ ਕਹਿੰਦੀ ਹੈ ਵੀ ਐਵੇਂ ਫਿਕਰ ਨਾ ਕਰਿਆ ਕਰ ਚਿੰਤਾ ਨਾ ਕਰਿਆ ਕਰ ਟੈਨਸ਼ਨ ਨਾ ਲਿਆ ਕਰ ਕਿਉਂਕਿ ਗੁਰਬਾਣੀ ਦੇ ਅਨੁਸਾਰ ਵਾਹਿਗੁਰੂ ਕਿਸੇ ਦੀ ਵੀ ਸੇਵਾ ਕੀਤੀ ਹੋਈ ਉਹਦਾ ਫਲ ਗਵਾਉਂਦਾ ਨਹੀਂ ਸਗੋਂ ਥਾਂਏ ਪਾਉਂਦਾ ਹੈ ਸਤਿਗੁਰੂ ਬਾਣੀ ਵਿੱਚ ਲਿਖਦੇ ਨੇ ਇੱਕ ਤਿਲ ਨਹੀਂ ਭੰਨੇ ਘਾਲੇ ਜੇ ਤੁਸੀਂ ਰੱਬ ਦੇ ਨਾਂ 'ਤੇ ਕੋਈ ਧਰਮ ਕਰਮ ਤਿਲ ਮਾਤਰ ਵੀ ਕੀਤਾ ਨਾ ਤਿਲ ਮਾਤਰ ਵੀ ਸੇਵਾ ਕੀਤੀ ਹੈ ਦਾਨ ਦਿੱਤਾ ਹੈ ਵਾਹਿਗੁਰੂ ਦਾ ਨਾਮ ਜਪਿਆ ਹੈ ਤਿਲ ਮਾਤਰ ਜਿੰਨਾ ਸਮਾਂ ਵੀ ਉਹ ਵੀ ਵਾਹਿਗੁਰੂ ਗਵਾਉਂਦਾ ਨਹੀਂ ਸਗੋਂ ਉਹਦਾ ਫਲ ਵੀ ਮਨੁੱਖ ਨੂੰ ਦਿੰਦਾ ਹੈ ਅਤੇ ਸਭ ਤੋਂ ਵਧੀਆ ਧਰਮ ਕਰਮ ਕੀ ਹੈ ਵਾਹਿਗੁਰੂ ਜੀ ਦਾ ਨਾਮ ਜਿਹੜੇ ਵਿਦਵਾਨ ਸੱਜਣ ਨੇ ਉਹ ਜਾਣਦੇ ਨੇ ਉਹਨਾਂ ਨੇ ਪੜ੍ਹਿਆ ਹੋਵੇਗਾ ਵੀ ਗਿਆਨ 'ਤੇ ਚੱਲਣ ਵਾਲਾ ਸੱਜਣ ਜੇ ਆਪਣੀ ਮੰਜ਼ਿਲ 'ਤੇ ਨਾ ਪਹੁੰਚੇ ਨਾ ਜਿਹੜਾ ਗਿਆਨ ਪ੍ਰਾਪਤ ਕਰਦਾ ਹੈ ਉਹਨੂੰ ਫਿਰ ਗਿਆਨ ਭ੍ਰਿਸ਼ਟ ਕਿਹਾ ਜਾਂਦਾ ਹੈ ਯੋਗ 'ਤੇ ਚੱਲਣ ਵਾਲਾ ਸੱਜਣ ਜੇ ਯੋਗ ਦੀ ਵਰਤੋਂ ਕਰਦਿਆਂ ਹੋਇਆਂ ਆਪਣੀ ਮੰਜ਼ਿਲ ਜੋ ਪਰਮੇਸ਼ਰ ਹੈ ਵਾਹਿਗੁਰੂ ਹੈ ਉਹ 'ਤੇ ਨਾ ਪਹੁੰਚੇ ਤਾਂ ਉਹਨੂੰ ਯੋਗ ਭ੍ਰਿਸ਼ਟ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਕਰਮ ਕਰਨ ਵਾਲਾ ਬੰਦਾ ਯੱਗ ਹਵਨ ਦਾਨ ਆਦਿਕ ਕਰਮ ਕਰਨ ਵਾਲਾ ਬੰਦਾ ਉਹ ਆਪਣੀ ਮੰਜ਼ਿਲ 'ਤੇ ਨਾ ਪਹੁੰਚੇ ਕਰਮ ਭ੍ਰਿਸ਼ਟ ਮੰਨਿਆ ਜਾਂਦਾ ਪਰ ਇੱਕੋ ਇੱਕ ਭਗਤੀ ਕਿੱਦਾਂ ਦੀ ਹੈ ਕਦੀ ਤੁਸੀਂ ਕਿਸੇ ਕਿਤਾਬ 'ਚ ਪੜ੍ਹਿਆ ਭਗਤੀ ਭ੍ਰਿਸ਼ਟ ਇਹ ਕਿਤੇ ਨਹੀਂ ਤੁਹਾਨੂੰ ਸ਼ਬਦ ਮਿਲੂਗਾ ਗਿਆਨ ਭ੍ਰਿਸ਼ਟ ਮਿਲੂਗਾ ਯੋਗ ਭ੍ਰਿਸ਼ਟ ਮਿਲੂਗਾ ਕਰਮ ਭ੍ਰਿਸ਼ਟ ਮਿਲੂਗਾ ਪਰ ਭਗਤੀ ਭ੍ਰਿਸ਼ਟ ਨਹੀਂ ਮਿਲੂਗਾ ਕਿਉਂ ਭਗਤੀ ਦੇ ਵਿੱਚ ਇੱਕ ਵਾਰੀ ਵੀ ਮੂੰਹੋਂ ਵਾਹਿਗੁਰੂ ਨਿਕਲ ਜਾਵੇ ਉਹਦਾ ਫਲ ਵੀ ਮਿਲੇਗਾ ਇਸ ਕਰਕੇ ਦਾਨ ਦਾ ਭਾਵ ਅਰਥ ਕੀ ਹੋ ਗਿਆ ਧਰਮ ਕਰਮ ਅਤੇ ਐਵੇਂ ਮਨ ਦੇ ਵਿੱਚ ਕਿਤੇ ਟੈਨਸ਼ਨ ਆ ਜਾਵੇ ਵਹਿਮ ਆ ਜਾਵੇ ਵੀ ਬੰਦਗੀ ਕਰਦੇ ਹਾਂ ਸੇਵਾ ਕਰਦੇ ਹਾਂ ਕੀ ਪਤਾ ਕੁਝ ਮਿਲਣਾ ਕਿ ਨਹੀਂ ਮਹਾਰਾਜ ਕਹਿੰਦੇ ਨਹੀਂ ਇਹ ਗੱਲ ਨਹੀਂ ਧਰਮ ਕਰਮ ਨੂੰ ਵੀ ਦਾਨ ਧਰਮ ਕਰਮ ਭਾਵ ਅਰਥ ਦਾਨੇ ਵਾਹਿਗੁਰੂ ਜਾਣਦਾ ਇਹਦੇ ਫਲ ਨੂੰ ਉਹਨੇ ਕੀ ਦੇਣਾ ਇਸ ਕਰਕੇ ਮਹਾਰਾਜ ਕਹਿੰਦੇ ਐਸੇ ਵਾਹਿਗੁਰੂ ਜੀ ਨੂੰ ਨਮਸਕਾਰ ਹੈ
ਜਾਂ ਦਾਨਾਂ ਦੇ ਵਿੱਚੋਂ ਦਾਨ ਕਿਹੜਾ ਹੈ? ਬ੍ਰਹਮ ਗਿਆਨ, ਬ੍ਰਹਮ ਵਿਦਿਆ ਦਾ ਦਾਨ, ਉਹ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ, ਉਹਨੂੰ ਨਮਸਕਾਰ ਹੈ। ਨਮੋ ਮਾਨ ਮਾਨੇ, ਮਾਨ ਦਾ ਅਰਥ ਹੁੰਦਾ ਹੈ ਸਤਿਕਾਰਯੋਗ। ਨਮੋ ਮਾਨ ਮਾਨੇ, ਸਤਿਕਾਰਯੋਗ ਜਿੰਨੇ ਵੀ ਨੇ, ਜਿਨ੍ਹਾਂ ਨੂੰ ਸਤਿਕਾਰ ਪ੍ਰਾਪਤ ਹੈ, ਵਡਿਆਈ ਪ੍ਰਾਪਤ ਹੈ, ਉਹਨਾਂ ਨੂੰ ਮਾਨੇ ਸਤਿਕਾਰ ਦੇਣ ਵਾਲਾ, ਜੋ ਵੀ ਤੁਸੀਂ ਵਡਿਆਈ ਸਤਿਕਾਰ ਦੇਖਦੇ ਹੋ ਨਾ ਧਰਮੀ ਪੁਰਸ਼ਾਂ ਦਾ, ਇਹ ਰੱਬ ਦੇ ਨਾਂ ਦੀ ਵਡਿਆਈ ਹੈ, ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਉਹਨਾਂ ਗੁਰਬਾਣੀ ਦਾ ਜਾਪ ਕੀਤਾ ਹੈ, ਅਭਿਆਸ ਕੀਤਾ ਹੈ, ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਅਤੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤਾਂ ਜਿਹੜਾ ਮਾਨ, ਨਮੋ ਮਾਨ ਮਾਨੇ, ਮਾਨਨੀਏ ਸਤਿਕਾਰ ਯੋਗਾਂ ਨੂੰ ਵੀ ਮਾਨੇ ਮਾਨ ਦੇਣ ਵਾਲਾ ਹੈ, ਉਹ ਕੌਣ ਹੈ? ਵਾਹਿਗੁਰੂ ਪਰਮੇਸ਼ਰ, ਉਹਨੂੰ ਨਮਸਕਾਰ ਹੈ। ਜਾਂ ਮਾਨ ਦਾ ਅਰਥ ਹੁੰਦਾ ਹੈ ਪੂਜਣ ਯੋਗ। ਹੁਣ ਪੂਜਣ ਯੋਗ ਕੌਣ ਨੇ? ਹਿੰਦੂ ਧਰਮ ਦੇ ਦੇਵੀ ਦੇਵਤੇ ਹਿੰਦੂਆਂ ਵਾਸਤੇ ਪੂਜਣ ਯੋਗ ਨੇ, ਇਸਲਾਮ ਧਰਮ ਦੇ ਰਹਿਬਰ ਉਹਨਾਂ ਵਾਸਤੇ ਪੂਜਣ ਯੋਗ ਨੇ, ਈਸਾਈਆਂ ਦੇ ਉਹਨਾਂ ਵਾਸਤੇ ਪੂਜਣ ਯੋਗ ਨੇ, ਅਤੇ ਦੁਨੀਆਂ ਦੇ ਵਿੱਚ ਜਿੰਨੇ ਪੂਜਣ ਯੋਗ ਨੇ ਉਹ ਅੱਗੇ ਕਿਹਦੀ ਪੂਜਾ ਕਰਦੇ ਆ, ਉਹਨਾਂ ਨੂੰ ਕਿੱਥੋਂ ਇਹ ਮਾਣ ਮਿਲਦਾ ਹੈ? ਤਾਂ ਜਿੰਨੇ ਪੂਜਣ ਯੋਗ ਨੇ, ਫਰਿਸ਼ਤੇ ਨੇ, ਪੈਗੰਬਰ ਨੇ, ਦੇਵੀ ਦੇਵਤੇ ਨੇ ਆਪੋ ਆਪਣੇ ਧਰਮਾਂ ਦੇ, ਉਹ ਵੀ ਅੱਗੇ ਕਿਹਨੂੰ ਮਾਨੇ ਮੰਨਦੇ ਨੇ, ਪੂਜਦੇ ਨੇ? ਐਸੇ ਵਾਹਿਗੁਰੂ ਜੀ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ। ਜਾਂ ਮਾਨ ਦਾ ਅਰਥ ਪੰਜਾਬੀ 'ਚ ਮੰਨਣਾ, ਜਿਹਨੂੰ ਅਸੀਂ ਮੰਨਦੇ ਹਾਂ ਉਹ ਅੱਗੇ ਕਿਹਨੂੰ ਮੰਨਦਾ ਹੈ? ਵਾਹਿਗੁਰੂ ਨੂੰ, ਪਰਮੇਸ਼ੁਰ ਮੰਨ ਲਓ, ਕੋਈ ਕਿਸੇ ਸੰਤ ਨੂੰ ਮੰਨਦਾ ਹੈ, ਮਹਾਤਮਾ ਨੂੰ ਮੰਨਦਾ ਹੈ, ਉਹ ਅੱਗੇ ਕਿਹਨੂੰ ਮੰਨਦਾ ਹੈ? ਤਾਂ ਐਸੇ ਵਾਹਿਗੁਰੂ ਨੂੰ ਮਹਾਰਾਜ ਕਹਿੰਦੇ ਜਿਹੜਾ ਮੰਨਣ ਵਾਲਿਆਂ ਦੇ ਅੱਗੇ ਮੰਨਿਆ ਜਾਂਦਾ ਹੈ, ਪੂਜਿਆ ਜਾਂਦਾ ਹੈ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਨਮੋ ਰੋਗ ਰੋਗੇ, ਹੇ ਵਾਹਿਗੁਰੂ ਜੀ, ਆਪ ਜੀ ਰੋਗ ਦੇ ਵੀ ਰੋਗ। ਹੁਣ ਇਹਦਾ ਅਰਥ ਕੀ ਬਣੂਗਾ? ਨਮੋ ਰੋਗ ਰੋਗੇ, ਰੋਗ ਦਾ ਅਰਥ ਕੀ ਹੋਇਆ? ਬਿਮਾਰੀ। ਤਾਂ ਰੋਗ ਦੇ ਨਾਲ ਕੀ ਹੁੰਦਾ ਵਾ? ਵੀ ਸਾਡਾ ਸਰੀਰ ਖਤਮ ਹੋ ਜਾਂਦਾ। ਸਰੀਰ ਨੂੰ ਕੌਣ ਖਤਮ ਕਰਦਾ ਵਾ? ਰੋਗ। ਅਤੇ ਰੋਗ ਨੂੰ ਅੱਗੇ ਕੌਣ ਖਤਮ ਕਰਦਾ? ਪਰਮੇਸ਼ਰ, ਗੁਰਬਾਣੀ, ਨਾਮ। ਆਪਾਂ ਪੜ੍ਹਦੇ ਹਾਂ ਨਾ ਵੀ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗੇ ਨਾ ਭਾਈ। ਆਪਾਂ ਪੜ੍ਹ ਕੇ ਆਏ ਹਾਂ ਪਿੱਛੇ ਨਮੋ ਰੋਗ ਹਰਤਾ, ਜਿਹੜਾ ਰੋਗ ਨੂੰ ਵੀ ਰੋਗ ਲੱਗਦਾ ਹੈ, ਰੋਗ ਦਾ ਵੀ ਨਾਸ ਕਰਨ ਵਾਲਾ ਹੈ। ਬਿਮਾਰੀ ਸਰੀਰ ਨੂੰ ਨਾਸ ਕਰਦੀ ਹੈ, ਅਤੇ ਬਿਮਾਰੀ ਨੂੰ, ਰੋਗ ਨੂੰ ਕੌਣ ਕੱਟਦਾ ਹੈ? ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਤਾਂ ਐਸਾ ਕੌਣ ਹੈ? ਵਾਹਿਗੁਰੂ ਪਰਮੇਸ਼ਰ ਜੀ, ਉਹਨੂੰ ਨਮਸਕਾਰ ਹੈ। ਤੁਸੀਂ ਹੈਰਾਨ ਹੋਵੋਗੇ, ਜਾਪ ਸਾਹਿਬ ਦੀ ਬਾਣੀ ਨਿਰਗੁਣ ਬ੍ਰਹਮ ਦੀ ਉਪਾਸਨਾ ਹੈ, ਜਿਹੜਾ ਪਰਮੇਸ਼ਰ ਜੋਤ ਸਰੂਪ ਹੈ ਉਹਦੀ ਉਸਤਤ ਹੈ, ਅਤੇ ਉਹ ਹਰ ਥਾਂ 'ਤੇ ਬੈਠਾ, ਹਰ ਸ਼ੈ 'ਚ ਬੈਠਾ ਹੈ। ਤਾਂ ਫਿਰ ਰੋਗ ਦੇ ਵਿੱਚ ਕੌਣ ਬੈਠਾ ਹੈ? ਦੁੱਖ ਦੇ ਵਿੱਚ ਕੌਣ ਬੈਠਾ ਹੈ? ਸੁੱਖ ਦੇ ਵਿੱਚ ਕੌਣ ਬੈਠਾ ਹੈ? ਖੁਸ਼ੀ ਦੇ ਵਿੱਚ ਕੌਣ ਬੈਠਾ ਹੈ? ਗਮੀ ਦੇ ਵਿੱਚ ਕੌਣ ਬੈਠਾ ਹੈ? ਜਾਪ ਸਾਹਿਬ ਦੀ ਬਾਣੀ ਦੇ ਅਰਥ ਕਰਨ ਲੱਗਿਆਂ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਹ ਉਸਤਤ ਉਸ ਪਰਮਾਤਮਾ ਦੀ ਆ ਜਿਹੜਾ ਸਰੀਰਧਾਰੀ ਨਹੀਂ ਅਤੇ ਹਰ ਸ਼ੈ 'ਚ ਬੈਠਾ ਹੈ, ਹਰ ਥਾਂ 'ਤੇ ਬੈਠਾ ਹੈ। ਇੱਦਾਂ ਵੀ ਅਰਥ ਕਰ ਲੈਂਦੇ ਨੇ ਮਹਾਂਪੁਰਸ਼। ਜਾਂ ਫਿਰ ਰੋਗ ਕੀ ਚੀਜ਼ ਹੁੰਦੀ? ਜਿਹੜੀ ਚੀਜ਼ ਚਿੰਬੜ ਜੇ, ਲਵੇ ਨਾ। ਮੰਨ ਲਓ ਕੋਈ ਆਦਤ ਪੈ ਗਈ ਹੈ, ਵੈਸੇ ਬਿਮਾਰੀ ਕਈ
ਬਿਮਾਰੀਆਂ ਹੁੰਦੀਆਂ ਨਾ ਚਿੰਬੜ ਗਈ ਲਾ ਇਲਾਜ ਨਮੋ ਰੋਗ ਰੋਗੇ ਵਾਹਿਗੁਰੂ ਦਾ ਜਿਹੜਾ ਪ੍ਰੇਮ ਆ ਇਹ ਰੋਗਾਂ ਦੇ ਵਿੱਚੋਂ ਵੱਡਾ ਰੋਗ ਹੈ ਇੱਕ ਵਾਰੀ ਲੱਗ ਗਿਆ ਕਿਸੇ ਨੂੰ ਬੰਦ ਬੰਦ ਕੱਟਿਆ ਜਾਵੇ ਇਹ ਨਹੀਂ ਫਿਰ ਬਿੜਦਾ ਰੋਗ ਦਾ ਤੀਸਰਾ ਅਰਥ ਕੀ ਹੈ ਜਿਹੜੀ ਚੀਜ਼ ਲੱਗ ਜਾਵੇ ਬਾਅਦ 'ਚ ਹਟੇ ਨਾ ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਵਾਹਿਗੁਰੂ ਦਾ ਪ੍ਰੇਮ ਲੱਗਾ ਨਾ ਖਾਣ ਨਾ ਪੀਣ ਨਾ ਸੌਣ ਮਾਤਾ ਪਿਤਾ ਨੂੰ ਫਿਕਰ ਹੋਇਆ ਵੈਦ ਨੂੰ ਲੈ ਕੇ ਆਏ ਅਤੇ ਵੈਦ ਨੇ ਨਬਜ਼ ਵੇਖੀ ਪਰ ਨਬਜ਼ ਵੇਖਿਆ ਇਹ ਰੋਗ ਪਕੜ 'ਚ ਥੋੜ੍ਹੀ ਆਉਂਦਾ ਇਹ ਤਾਂ ਪ੍ਰੇਮ ਦਾ ਰੋਗ ਸੀ ਤਾਂ ਮਹਾਰਾਜ ਨੇ ਉੱਥੇ ਫਿਰ ਸ਼ਬਦ ਉਚਾਰ ਕੀਤਾ ਨਾ ਭੈਲਾ ਭੋਲਾ ਵੈਦ ਨਾ ਜਾਣ ਹੀ ਕਰਕ ਕਲੇਜੇ ਮਾਹੇ ਇਹ ਰੋਗ ਹਿਰਦੇ 'ਚ ਲੱਗਾ ਵਾ ਇਹ ਨਬਜ਼ ਵੇਖਿਆ ਥੋੜ੍ਹੀ ਇਹਨੂੰ ਪਤਾ ਲੱਗ ਜਾਣਾ ਜਾਂ ਫਿਰ ਬਾਈਬਲ ਦੇ ਵਿੱਚ ਲਿਖਿਆ ਵਾ ਰੋਗ ਕਹਿੰਦੇ ਨੇ ਬਾਈਬਲ ਕਹਿੰਦੀ ਜਿਹੜੀ ਮੌਤ ਹੈ ਨਾ ਇਹ ਬੰਦੇ ਦੀ ਲਹੂ ਦੀ ਬਿਮਾਰੀ ਹੈ ਜਿਹੜਾ ਸਭ ਤੋਂ ਪਹਿਲਾ ਬੰਦਾ ਸੀ ਬਾਈਬਲ ਅਨੁਸਾਰ ਉਹ ਕੀ ਸੀ ਆਦਮ ਵੀ ਬਾਬਾ ਆਦਮ ਅਤੇ ਉਹ ਜਦੋਂ ਖੁਦਾ ਨੇ ਬਣਾਇਆ ਉਹਨੂੰ ਉਹਦੇ ਖੂਨ ਦੇ ਵਿੱਚ ਮੌਤ ਰੂਪੀ ਬਿਮਾਰੀ ਛਪਾ ਕੇ ਰੱਖੀ ਇਸ ਕਰਕੇ ਉਦੋਂ ਤੋਂ ਸ਼ੁਰੂ ਹੋਈ ਹੈ ਹਰ ਬੰਦਾ ਮਰਦਾ ਵਾ ਜਿਹੜਾ ਵੀ ਇਸ ਧਰਤੀ 'ਤੇ ਆਇਆ ਉਹਨੂੰ ਮਰਨਾ ਪੈਂਦਾ ਹੈ ਤਾਂ ਬਾਈਬਲ ਅਨੁਸਾਰ ਰੋਗ ਦਾ ਅਰਥ ਕੀ ਹੁੰਦਾ ਹੈ ਮੌਤ ਜਿਹੜੀ ਲਹੂ ਦੀ ਬਿਮਾਰੀ ਹੁੰਦੀ ਨਾ ਉਹ ਗਾਂਹ ਤੋਂ ਗਾਂਹ ਪਰਿਵਾਰ 'ਚ ਚੱਲਦੀ ਨਾ ਜੇ ਪਿਓ ਨੂੰ ਸੀ ਤਾਂ ਨਿਆਣੇ ਨੂੰ ਵੀ ਹੋਣੀ ਹੈ ਗਾਂਹ ਤੋਂ ਗਾਂਹ ਤੁਰੀ ਆਉਣੀ ਆ ਮੌਤ ਜਦੋਂ ਤੋਂ ਦੁਨੀਆ ਬਣੀ ਪਹਿਲਾ ਬੰਦਾ ਬਣਿਆ ਉਦੋਂ ਤੋਂ ਤੁਰੀ ਆਉਂਦੀ ਹੈ ਕੋਈ ਨਹੀਂ ਬਚ ਸਕਿਆ ਅਤੇ ਜੇ ਰੋਗ ਦਾ ਅਰਥ ਬਾਈਬਲ ਅਨੁਸਾਰ ਮੌਤ ਕਰੀਏ ਤਾਂ ਮੌਤ ਨੂੰ ਵੀ ਕਿਹੜਾ ਖਤਮ ਕਰਨ ਵਾਲਾ ਵਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਜਿਹਨੂੰ ਕਹਿੰਦੇ ਨਮੋ ਕਾਲ ਕਾਲੇ ਐਸੇ ਵਾਹਿਗੁਰੂ ਜੀ ਦੀ ਕਿੰਨੀ ਕੁ ਉਸਤਤ ਦਸਵੇਂ ਪਾਤਸ਼ਾਹ ਕਹਿੰਦੇ ਮੈਂ ਕਰਾਂ ਉਹਨੂੰ ਕੀ ਹੈ ਨਮਸਕਾਰ ਹੈ ਐਵੇਂ ਬੰਦਾ ਵਹਿਮ 'ਚ ਪਿਆ ਫਿਰਦਾ ਵੀ ਸ਼ਾਇਦ ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ ਦਸਵੇਂ ਪਾਤਸ਼ਾਹ ਕਹਿੰਦੇ ਰੱਬ ਦੀ ਉਸਤਤ ਨਹੀਂ ਮੁੱਕ ਸਕਦੀ ਕਿਤੇ ਚੌਪਾਈ ਸਾਹਿਬ ਦਾ ਪਾਠ ਧਿਆਨ ਨਾਲ ਕਰੀਏ ਉੱਥੇ ਆਉਂਦਾ ਹੈ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਜੇਤੇ ਬਦਨ ਬਦਨ ਕਿਹਨੂੰ ਕਹਿੰਦੇ ਨੇ ਮੂੰਹ ਨੂੰ ਜਿੰਨੇ ਮੁੱਖ ਲੱਗੇ ਨੇ ਚਿਹਰੇ ਲੱਗੇ ਨੇ ਸ੍ਰਿਸ਼ਟ ਬੰਦਿਆਂ ਦੇ ਨਹੀਂ ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ ਵੀ ਪਸ਼ੂ ਪੰਛੀ ਵੀ ਅਤੇ ਬੰਦਾ ਵੀ ਚਲੋ ਇਕੱਲੇ ਬੰਦੇ ਦੀ ਗਿਣਤੀ ਕਰ ਲਓ ਦੁਨੀਆ ਦੀ ਗਿਣਤੀ ਕਿੰਨੀ ਆ 7.8 ਬਿਲੀਅਨ ਮੈਨੇ 780 ਕਰੋੜ ਸਾਰੀ ਦੁਨੀਆ ਦੀ ਗਿਣਤੀ ਹੈ ਮਤਲਬ 78,000 ਲੱਖ ਜੇ ਲੱਖਾਂ 'ਚ ਗਿਣਨਾ ਹੋਵੇ ਦੁਨੀਆ ਦੀ ਗਿਣਤੀ ਹੈ 78,000 ਮੂੰਹ ਪਸ਼ੂ ਪੰਛੀ ਛੱਡ ਦਿਓ ਇਹ ਵੀ ਆਪਣੀ ਮਤ ਅਨੁਸਾਰ ਜੇ ਰੱਬ ਦੀ ਉਸਤਤ ਕਰਕੇ ਕਹਿਣ ਨਾ ਵੀ ਅੰਤ ਪਾ ਲਿਆ ਤਾਂ ਮਹਾਰਾਜ ਕਹਿੰਦੇ ਆਉਂਦਾ ਨਹੀਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਤਾਂ ਸਤਿਗੁਰੂ ਉਸਤਤ ਕਰਦੇ ਨੇ ਉਸ ਵਾਹਿਗੁਰੂ ਦੀ ਤਾਂ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਜੀ ਤੂੰ ਤਾਂ ਰੋਗ ਤਾਂ ਵੀ ਰੋਗ ਹੈ ਤਾਂ ਸਤਿਗੁਰੂ ਫਰਮਾਉਂਦੇ ਹਨ ਨਮਸਤੰ ਇਸ਼ਨਾਨੰ ਇਸ਼ਨਾਨ ਹੇ ਵਾਹਿਗੁਰੂ ਨਮਸਕਾਰ ਹੈ ਤੂੰ ਇਸ਼ਨਾਨ ਰੂਪ ਹੈ ਹੁਣ ਇਸ਼ਨਾਨ ਦਾ ਮਤਲਬ ਕੀ ਆ ਪਵਿੱਤਰਤਾ ਇਸ਼ਨਾਨ ਕੀਤਿਆਂ ਕੀ ਪ੍ਰਾਪਤ ਹੁੰਦੀ ਆ ਪਵਿੱਤਰਤਾ
ते पवित्रता दा सोमा कौन है वाहेगुरु। इत्थे इशनान तो भाव की पवित्रता, ते पूर्ण पवित्रता किदां मिलती है, वाहेगुरु दे नाम जपिया। इस करके वो नाम रूप इशनान है जां वो सेवा रूप इशनान है। सेवा कीतियां भी हिरदा साफ हुंदा है, नाम जपिया भी हिरदा टिकदा है। ते जिहड़ा बाहरला इशनान है ये भी सफाई दिंदा वा, ते रब दा नाम ही सफाई दिंदा। आपां पढ़ते ना भरिए मत पापा कै संग ओह धोपै नावें कै रंग, पुन्नी पापी आखण ना हे कर कर करना लिख लै जाहो। तां पवित्रता सफाई ये थोड़ियां थोड़ियां ने दुनिया दे विच, पर पूरा सोमा समुंदर कौन है, वाहिगुरु परमेश्वर। इस करके बाहरला इशनान भी बड़ा जरूरी आ। कार इशनान सिमर प्रभ अपना, इस तरह नाम रूप इशनान है। जे बाहरला इशनान ना करिए तो शरीर अरोग नहीं रहिंदा, रोगी हो जाता। गंदगी रखना मैल रखना शरीर रोगी हो गया, तो जे मन साफ ना किया तो मन रोगी हो गया। इस करके वाहिगुरु किदां दा इशनान है, नाम रूप सेवा रूप, ते नाल नाल बाहरले इशनान दी भी महिमा है। क्यों? कर इशनान सिमर प्रभ अपना मन तन भय रोगा। गुरबाणी दे विच कई इशनान मन्ने ने, पर आपां इस पासे ना जाइए। ਤਾਂ हे वाहिगुरु तू पवित्रता देण वाला है, इस करके तू इशनान रूप है, तेनू साडी नमस्कार है। नमो मंत्र मंत्रं, नमो मंत्र मंत्रं, नमो जंतर जंतरं, नमो इष्ट इष्टे, नमो तंत्र तंत्रं। मंत्र जंतर ते तंत्र ये तीन चीजां हिंदुस्तान की बड़ी वड्डी काढ़ ने। जिहड़ा मंत्र है पहला इहदी विचार कर लैने आपां, ये की है, किसी अपने आराध्य देव नूं किसी देवते नूं प्रसन्न करन वास्ते जिहड़ा शब्द का जाप करना ना, शब्द का रूप भी छोटा होवे उन्हों की कहिंदे आ मंत्र। किसे देवते नूं सिद्ध करना है भी वह साडा काम करे, उन्हों मंत्र कह दिंदे ने। दसवें पातशाह कहिंदे ने नमस्कार है उस वाहिगुरु नूं जिहड़ा मंत्रां दा मंत्र है। क्यों? मंत्र दे विच जिहड़ी मंत्र शक्ति आ ना काम करन वाली, वह किहदी आ? वाहिगुरु दी आ। वाहिगुरु दी शक्ति तो बिना यह मंत्र कुछ नहीं कर सकते। दूसरा जां मंत्र दा अर्थ की हुंदा है? सलाह, वजीर। हुण राजे ने, अजकल भी किसान संघर्ष चलता पिया है, मनण नूं तैयार नहीं। जिहड़ा सानू सलाह दिंदा है मंत्र, मैंने वजीर सलाह देण वाला बादशाहां नूं, जां साडे अंदर बैठा जिहड़ा सानू सलाह दिंदा है, भाई आत्मा दी आवाज आउंदी आ काम ना कर, ये माड़ा है, लेखा देना पवेगा। पर असीं उहनूं अखों ओले करके फिर अपनी जिद ना करदे। हुण जे ते होवे चंगा वजीर, चंगा बंदा, वह चंगी सलाह देवेगा। तां जिहड़ा साडे अंदर बैठा सलाह दिंदा है, वजीर रूप भी वो ही है, उहदे तो वड्डा कोई वजीर नहीं, साक्षी नहीं, सलाह देण वाला नहीं।
इस करके महाराज कहिंदे ने कि वह मंत्रां दा मंत्र है। तो मंत्र दा अर्थ की हुंदा है, तीसरा अर्थ की हो गया मन जमा अंतर, जिहड़ी चीज़ प्रगट नहीं करनी, जे भेद खुल गया तो कार्ज पूरा नहीं होवेगा। मैंने गुप्त गोहज तां सब तो गुप्त की है, गोहज की है, सूक्ष्म की है, वह कौन है? वाहिगुरु परमेश्वर जी। वो की है? मंत्रां दा भी मंत्र, जां फिर नमो जंतर जंतरंग। जंतर किनू कहिंदे ने? गोल आकार जां चकौणा जां अठ कोणा लकीरां कढ के ना जंतर बनाए जांदे ने। वो जंतर हिंदू धर्म दे विच वरते जांदे ने, जिवें श्री जंतर है उहदे नाल पैसा आउंदा है, जां बगला मुखी जंतर है दुश्मना ते जित प्राप्त करन, दुश्मना दा नाश करन। इवें भगवान श्री गणेश जी दा जंतर है विघन कट्टण नूं। लकीरां खिच के गोल जां चकोणा जां अठ कोणा ते उहदे विच अंक भरे जांदे ने जां अक्षर भरे जांदे ने, तां उह मंत्र बनाया जंतर बनाया जांदा, उहनूं कहिंदे जंतर। मंत्र ते जपया जांदा ना, ये हुंदा जंतर। तां जंतर दे विच जिहड़ी ताकत है, जे किसे नूं जंतर करके कोई सुख प्राप्त हो रहा है, किसे देवी देवते दा जंतर है, ते उस देवी देवते नूं अगे किन्ने ताकत दित्ती है। इस करके महाराज कहिंदे नमस्कार है किन्नू जिहड़ा जंतरां दा भी जंतर है। ते अगे की आ जांदा है, सतगुरु फरमाउंदे हन नमो इष्ट इष्टे नमो तंत्र तंत्रंग। इष्ट कहिंदे ने कुल देवता नूं, जिहड़ा खानदान हिंदुस्तान की परंपरा है भी हर खानदान किसी ऋषि तो साधु तो तुरिया, किसी महापुरश तो तुरिया, उन्हों कुल देवता या कुल देवी कहिंदे। ते हिंदुस्तान की फिलोसफी कहती है भी उहदी पूजा कीतिआं घर दे विच सुख समृद्धि रहिंदी, जिवें जठेरियां की पूजा हुंदी ना भी ये साडे वड्डे वडेरे आ। इदां जितों कोई कुल शुरू होई, खानदान शुरू होया, उन्हें बंदगी की परमेश्वर की वाहिगुरु की, तो उन्हां दा खानदान चलता पिया है, वह की हो गया इष्ट। तां नमो इष्ट इष्टे, वाहिगुरु जिहड़ा है वह इष्टां दा भी इष्ट। मान लो किसी ऋषि ने कुल शुरू की है, पर सारी दुनिया किन्ने पैदा की है? वाहिगुरु ने। इस करके वह इष्टां दा भी इष्ट है, कुल देवत्यां दा भी कुल देवता है। जां फिर जिहड़े इष्ट हुंदे ना, जां फिर किसी संपर्दा दा कोई इष्ट हो गया भी ये इहनू मंनदे आ, कोई इहनू मंनदा है, कोई भगवान शिव नूं मंनदा, कोई भगवान विष्णु जी नूं मंनदा है, वह की हो गया? उहनां दा इष्ट प्यारा। तां इष्ट दे विच जिहड़ी कामना पूरी करन वाली शक्ति आउंदी है, वह कितों आउंदी है? वाहिगुरु तों। इस करके वाहिगुरु की है इष्टां दा भी इष्ट। ते इष्ट दा अर्थ हुंदा प्यारा, प्रेम दे विच जिहड़ी प्रेम शक्ति है, आनंद शक्ति है, खिच शक्ति है, प्रेम पदार्थ दे विच जिहनूं महाराज कहिंदे कुरबान कीता तिसे विटो जिन मोह मीठा लाया। प्रेम करके हिरदा शुद्ध हुंदा है, तां ये प्रेम दे विच जिहड़ी प्रेम शक्ति है हिरदा जिहड़ी शुद्ध कर दिंदी है, ये किहदी है? वाहिगुरु दी। इस करके महाराज की कहिंदे ने कि हे सच्चे पातशाह तैनूं नमस्कार है,
आप जी तो इष्टां दे भी इष्ट हो। नमो तंत्र तंत्रं। इस तरह किसी खास नछत्र च खास टाइम च कोई धार्मिक अनुष्ठान करना, कोई धार्मिक पूजा पाठ करना, भी इस टाइम ही करना, ग्रहण वाले दिन ही करना, मस्या वाले दिन ही करना, पुन्य वाले दिन ही करना, ते करना रात नूं, क्यों जिहड़ी रात दी पूजा मनी गई है ये तमोगुणी मनी गई है भूतां दी, प्रेतां दी, अवगत रूहां दी, तां फिर हुंदा की है, तुसी तंत्र शास्त्र देखिया होवेगा, उहदे विच तंत्र दा सौखा जिहा अर्थ टूणा, टूणे टामण करदे ना लोग तां जिवें नारियल दी अपने बली देनी, बकरे दी बली, ये भी तंत्र शास्त्र चाहता है भी बली दे के उन्हें मजबूर करना भी इन्हों का काम कर, एक ही तमोगुणी पूजा। तां तंत्र दे विच जेड़ी कोई काम करने वाली कुछ ताकत है, वो ताकत किदी है? वो वाहिगुरु दी है, परमेश्वर दी है, जां फिर हे वाहिगुरु जी तुसी मंत्रां दे भी श्रोमणी मंत्र हो, तुसी जंत्रां दे भी श्रोमणी जंत्र हो, तुहानू नमस्कार, तुसी कुल देवतियां दे भी कुल देवता हो, क्यों सारे तुहाडे तो पैदा होए, आप जी नू नमस्कार, ते तुसी तंत्रां दे भी श्रोमणी तंत्र हो, क्यों? क्योंकि गुरबाणी बड़े प्रेम दे नाल सानू समझाउंदी है, दसदी है कि जिन्हें वाहिगुरु का ओट आसरा लै लिया उहदे उत्ते ना मंत्र का किसी का असर, ना जंत्र का किसी का असर, ना तंत्र काले इलम का टूने टामण का उहदे उत्ते कोई असर नहीं, क्यों? वाहिगुरु मंत्रां का भी मंत्र है, जंत्रां का भी जंत्र है, इष्टां का भी इष्ट है, ते तंत्रां का भी तंत्र। इंग्लैंड की एक घटना बड़ी सुंदर चेते आई, उत्थे एक सज्जन रहिंदे ने पटवारी साहब जिन्हां ने होती मरदान वाले महापुरशां तो अमृत पान कीता, अमृत छकिया, ते गुरु ने कृपा कीती, उन्हां दा निजम सी 33 माला मूल मंत्र दियां करदे। उत्थे कोई इंग्लैंड दे विच पीर आया जिन्हें बड़े शिले कटे हुए सी, किसी घर ठहरिया, बड़ी लोकां दी आवाजाई लगी, बहुत दुनिया जान लगी, ते ये जिहड़े गुरमुख सी, शायद इन्हां दा नाम भाई गुरमुख सिंह के भाई गुरबख्श सिंह जी पटवारी साहब, इन्हां नूं भी किसी ने दस्या भी पीर बहुत शक्ति वाला आया है, चल दर्शन करिए। ये कहण लगे उस सज्जन नूं भी मैं तां गुरद्वारे महाराज दे दर्शन कर आउणा वां जां संगत दे दर्शन कर लईदे, तो बिना तो नहीं होर किते जांदा। चलो उन्होंने बड़ी जिद की, तो बदो बदी इन्हों भी तैयार कर लिया। ये जदों उन्हू जिथे वह ठहरिया होगा उत्थे उदी कोठी मिलन गए, तो उदे चेले कहन जी पहला खाना खाओ, अपने सिख भी तुरे फिरन उत्थे, वह कहें जी पहला लंगर छको। हुण इन्हां ते महाराज की कृपा सी, कोई सतगुरु जी दे कृपा सी, नितनेमी सन, भजनीक सन, इन्हां ने पूछ लिया भी खवाउंदे की हो, लंगर च बनदा की है, खाणा की वरतदा है? वह कहण लगे जी कुठा, मास बनाउंदे ना मुसलमान, कुठा। भाई साहब कहण लगे भी मैं तो नहीं ये खाणा, क्यों? किसी होर धर्म का इस तरह खाना तो अपना धर्म भ्रिष्ट करना है, तो असी तो बहुत ही परहेज नहीं ना करते, जिथों मर्जी खा लेंगे।
ਉਹ ਕਹਿਣ ਲੱਗੇ ਉਹਦੇ ਚੇਲੇ ਜਾਂ ਜਿਹੜੇ ਸ਼ਰਧਾਲੂ ਸੀ, ਨਹੀਂ ਜੀ ਤੁਹਾਨੂੰ ਛਕਣਾ ਪੈਣਾ ਹੈ। ਭਾਈ ਸਾਹਿਬ ਕਹਿੰਦੇ ਵੀ ਨਹੀਂ। ਹੁਣ ਉੱਥੇ ਸੀ ਆਈ ਡੀ ਵਾਲੇ ਬੰਦੇ ਤੁਰੇ ਫਿਰਦੇ ਸੀ ਪੀਰ ਦੇ, ਉਹਨਾਂ ਜਾ ਕੇ ਅੰਦਰ ਦੱਸਿਆ ਵੀ ਉਹ ਫਲਾਨਾ ਬੰਦਾ ਵਾ, ਕਹਿੰਦਾ ਮੈਂ ਨਹੀਂ ਖਾਣਾ। ਪੀਰ ਬੜਾ ਹੈਰਾਨ ਹੋਇਆ ਵੀ ਕਿਸੇ ਨੇ ਤਾਂ ਕਦੀ ਨਾਂਹ ਕੀਤੀ ਨਹੀਂ, ਆਪੇ ਬਹਿ ਜਾਂਦੇ ਨੇ ਚੁੱਪ ਕਰਕੇ। ਉਹਨੇ ਭਾਈ ਸਾਹਿਬ 'ਤੇ ਨਿਗਾਹ ਮਾਰੀ ਅਤੇ ਆਪਣਾ ਜੰਤਰ ਮੰਤਰ ਜੋ ਸਿੱਧੀਆਂ ਕੀਤੀਆਂ ਹੋਣਗੀਆਂ ਛਿਲੇ ਕੱਢ ਕੇ ਉਹ ਤਾਕਤ ਵਰਤਣ ਲੱਗਾ। ਭਾਈ ਸਾਹਿਬ ਨੂੰ ਨਹੀਂ ਪਤਾ ਵੀ ਮੇਰੇ ਉੱਤੇ ਉਹ ਵਾਰ ਕਰ ਰਿਹਾ ਵਾ। ਇਹਨਾਂ ਵੇਖਿਆ ਵੀ ਨਹੀਂ ਸੀ ਵੀ ਕੌਣ ਪੀਰ। ਉਹ ਕੁਝ ਦੂਰ ਖਲੋਤਾ, ਜਦੋਂ ਵਾਰ ਕਰਨ ਲੱਗਾ ਨਾ, ਮਾਨਸਿਕ ਤਾਕਤ ਜਿਹਨੂੰ ਕਹਿੰਦੇ ਆ, ਤਾਂ ਭਾਈ ਸਾਹਿਬ ਦੱਸਦੇ ਨੇ ਕਿ ਉਹਨਾਂ ਦਾ ਸਰੀਰ ਜੜ ਹੋਣਾ ਸ਼ੁਰੂ ਹੋ ਗਿਆ। ਜੜ ਮੈਨੇ ਜਿਵੇਂ ਸਰੀਰ ਕੰਮ ਕਰਨਾ ਛੱਡ ਦਿੰਦਾ ਹੈ, ਇੱਦਾਂ ਹੋਣਾ ਸ਼ੁਰੂ ਹੋਇਆ। ਸਤਿਗੁਰੂ ਨੇ ਕਿਰਪਾ ਕੀਤੀ, ਇਹਨਾਂ ਦਾ ਧਿਆਨ ਮੂਲ ਮੰਤਰ ਵੱਲ ਚਲੇ ਗਿਆ। ਮੂਲ ਮੰਤਰ ਦਾ ਜਾਪ ਇਹਨਾਂ ਕਰਨਾ ਸ਼ੁਰੂ ਕੀਤਾ। ਅੱਗੇ ਤਾਂ ਕਦੀ ਇੱਦਾਂ ਹੋਇਆ ਨਹੀਂ ਸੀ ਇਹਨਾਂ ਨਾਲ। ਅਜੇ 2 ਕੁ ਮਿੰਟ ਮੂਲ ਮੰਤਰ ਦਾ ਜਾਪ ਕੀਤਾ ਹੋਣਾ, ਉਹ ਜਿਹੜੀ ਚੀਜ਼ ਉਸ ਪੀਰ ਨੇ ਵਰਤੀ ਸੀ ਉਹ ਉਹਦੇ ਪੀਰ 'ਤੇ ਉਲਟੀ ਪੈ ਗਈ। ਦੇਖਦਿਆਂ ਦੇਖਦਿਆਂ ਉਹ ਪੀਰ ਡਿੱਗਿਆ। ਹੁਣ ਪੱਕਾ ਥਾਂ ਉਹਦਾ ਸਿਰ ਪਟਿਆ, ਜਿਵੇਂ ਕਿਸੇ ਚੀਜ਼ ਨੇ ਉਹਨੂੰ ਚੁੱਕ ਕੇ ਨਹੀਂ ਮਾਰਿਆ ਹੁੰਦਾ। ਜ਼ਖਮ ਹੋ ਗਿਆ, ਲਾਲਾ ਲਾਲਾ ਹੋ ਗਈ, ਹਾਹਾਕਾਰ ਹੋ ਗਈ। ਚਲੋ ਉਹਦੇ ਚੇਲੇ ਉਹਨੂੰ ਚੁੱਕ ਕੇ ਹੋਸਪਿਟਲ ਲੈ ਗਏ ਅਤੇ ਭਾਈ ਸਾਹਿਬ ਨੇ ਸੋਚਿਆ ਵੀ ਕਿਤੇ ਮੇਰੇ ਗਲ ਹੀ ਨਾ ਪੈਣ, ਉਹਨਾਂ ਨੇ ਵੀ ਉੱਥੋਂ ਜਾਣਾ ਹੀ ਚੰਗਾ ਸਮਝਿਆ। ਅਖੀਰ ਜਦੋਂ ਰਾਜ਼ੀ ਹੋਇਆ ਤਾਂ ਉਹ ਪੀਰ ਕਹਿਣ ਲੱਗਾ ਕਿ ਮੈਨੂੰ ਉਸ ਸਿੱਖ ਨੂੰ ਮਿਲਾਓ। ਉਹ ਵੀ ਬੜੇ ਹੈਰਾਨ ਉਹਦੇ ਚੇਲੇ। ਚਲੋ ਉਹਨੇ ਜਿੱਦ ਕੀਤੀ, ਭਾਈ ਸਾਹਿਬ ਕੋਲ ਆਏ ਅਤੇ ਭਾਈ ਸਾਹਿਬ ਕਹਿੰਦੇ ਵੀ ਮੈਂ ਤਾਂ ਮਿਲਣਾ ਨਹੀਂ। ਜਦੋਂ ਅੱਗੇ ਉਹਨੂੰ ਮਿਲ ਗਿਆ ਸੀ ਉਹ ਡਿੱਗ ਪਿਆ, ਉਹਦਾ ਸਿਰ ਪਾੜ ਗਿਆ, ਜੇ ਕੁਝ ਹੋਰ ਹੋ ਗਿਆ ਫਿਰ ਮੈਨੂੰ ਦੋਸ਼ ਦਿਓਗੇ। ਉਹਨਾਂ ਨੇ ਜਿੱਦ ਕੀਤੀ, ਪੀਰ ਨੇ ਜਿੱਦ ਕੀਤੀ, ਲੈ ਕੇ ਗਏ ਅਤੇ ਭਾਈ ਸਾਹਿਬ ਨੂੰ ਜਿੱਥੇ ਉਹਦਾ ਆਸਣ ਲੱਗਾ ਸੀ ਕਹਿੰਦਾ ਇੱਥੇ ਬਹੁ। ਭਾਈ ਸਾਹਿਬ ਕਹਿੰਦੇ ਵੀ ਇਹ ਤੇਰਾ ਆਸਣ, ਮੈਂ ਤਾਂ ਬਹਿਣਾ ਨਹੀਂ ਇਹਦੇ 'ਤੇ। ਚਲੋ ਉਹਨੇ ਬਦੋ ਬਦੀ ਬਿਠਾਇਆ ਅਤੇ ਖਣੀ 10,000 ਕਿ 11,000 ਪਾਉਂਡ ਉਹਨੇ ਮੱਥਾ ਟੇਕਿਆ। ਭਾਈ ਸਾਹਿਬ ਨੇ ਕੀ ਕਰਨਾ ਸੀ, ਹੋਰ ਵੀ ਕੀਮਤੀ ਸਮਾਨ ਦਿੱਤਾ ਅਤੇ ਕਹਿਣ ਲੱਗਾ ਜੀ ਤੁਸੀਂ ਕਿਹੜਾ ਛਿਲਾ ਕੱਢਿਆ ਵਾ ਵੀ ਮੇਰੇ ਤੋਂ ਤਾਂ ਮੈਂ 18 ਛਿਲੇ ਕੱਢੇ ਆ ਅਤੇ ਮੁਹੰਮਦ ਸਾਹਿਬ ਦੇ ਪਰਿਵਾਰ 'ਚੋਂ ਆ, ਗਾਂਹ ਤੋਂ ਗਾਂਹ ਸਾਡੀ ਗੱਦੀ ਚੱਲਦੀ ਆਉਂਦੀ ਹੈ, ਅਤੇ ਤੁਸੀਂ ਕਿਹੜਾ ਛਿਲਾ ਕੱਢਿਆ ਮੇਰੇ ਸਾਹਮਣੇ ਤਾਂ ਕੋਈ ਠਹਿਰ ਨਹੀਂ ਸਕਦਾ। ਉਹ ਭਾਈ ਸਾਹਿਬ ਕਹਿਣ ਲੱਗੇ ਵੀ ਮੈਂ ਕੋਈ ਛਿਲਾ ਨਹੀਂ ਕੱਢਿਆ। ਉਹ ਪੀਰ ਕਹਿਣ ਲੱਗਾ ਜੀ ਜਦੋਂ ਮੈਂ ਤੁਹਾਨੂੰ ਦਿਲ ਦਾ ਭੇਤ ਦਿੱਤਾ ਹੈ ਇਹ ਤੁਹਾਡੇ ਵਾਸਤੇ ਠੀਕ ਨਹੀਂ ਕਿ ਤੁਸੀਂ ਗੱਲ ਲੁਕੋ। ਉਹ ਕਹਿਣ ਲੱਗੇ ਵੀ ਮੈਂ 3 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ 9 ਵਜੇ ਤੱਕ ਆਪਦਾ ਪਾਠ ਨਿਤਨੇਮ ਕਰਦਾ ਰਹਿੰਦਾ ਵਾਂ ਅਤੇ ਇਹ ਮੂਲ ਮੰਤਰ ਦਾ ਜਾਪ ਕਰਦਾ ਰਹਿੰਦਾ ਵਾਂ, ਕਿਉਂ 33 ਮਾਲਾ ਉਹਨਾਂ ਦਾ ਨਿਤਨੇਮ ਸੀ ਰੋਜ਼ ਕਰਨੀਆਂ ਉਹਨਾਂ ਨੇ। ਉਹ ਪੀਰ ਹੈਰਾਨ ਹੋ ਗਿਆ, ਕਹਿੰਦਾ ਫਿਰ ਇਹ ਗੁਰੂ ਨਾਨਕ ਦੇਵ ਸਾਹਿਬ ਦੇ ਕਲਾਮ ਦੀ ਸ਼ਕਤੀ ਹੈ, ਨਹੀਂ ਤਾਂ ਮੇਰਾ ਵਾਰ ਅਜੇ ਤੱਕ ਨਿਸਫਲ ਨਹੀਂ ਗਿਆ ਕਿਸੇ ਤੋਂ। ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਕਲਾਮ ਹੈ ਸਭ ਤੋਂ ਸ਼੍ਰੋਮਣੀ ਹੈ। ਇਸ ਕਰਕੇ ਮਹਾਰਾਜ ਕੀ ਕਹਿੰਦੇ ਆ ਬਾਣੀ ਦੇ ਵਿੱਚ, ਗੱਲ ਥੋੜ੍ਹੀ ਸੌਖੀ ਸਮਝ ਪੈ ਜਾਊਗੀ ਨਾ, ਕਿ ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਮੰਤਰਾਂ ਦਾ ਵੀ ਮੰਤਰ ਹੈ, ਤੂੰ ਜੰਤਰਾਂ ਦਾ ਵੀ ਜੰਤਰ ਹੈ ਅਤੇ ਆਪ ਜੀ ਤੰਤਰਾਂ ਦੇ ਵੀ
तंत्र हो, क्यों जिहड़ा आप जी का नाम जपदा ना जंतर मंत्र ना तंत जाको आदि पुरख अपार, उहदे उत्ते किसी जंतर मंत्र का असर नहीं हुंदा। ऐसे वाहिगुरु जी नूं महाराज कहिंदे नमस्कार है। सदा सचदानंद सरबं परनासी। हुण सच्चे पातशाह की कहिंदे ने कि हे वाहिगुरु जी, आप हमेशा सदा, मैंने हमेशा एक स्वरूप रहिंदे हो, वह किहड़ा? सत चित ते आनंद। की बन गया? सचदानंद। सत हमेशा रहने वाले चित चेतन आनंद स्वरूप जिदे च दुख नहीं। आप जी का रूप यह सदा ही हमेशा ही बनिया रहिंदा है। बंदे विच भी रब बैठा वा, तीन चीज़ां बंदे विच भी आ, सत चित ते आनंद। पर मन दे पिछे लग के ये उस वाहिगुरु नूं भुल के फिर दुखी हुंदा है, पापां करके दुखी हुंदा है, भावें कि बंदे विच भी ये चीज़ है। क्यों? आत्मा ते बंदे च बैठी आत्मा भी सत चित आनंद है, पर वाहिगुरु हमेशा सत चित आनंद रहिंदा है। ते नाल उहदा की विशेषण आ? सरबंग प्रणासी। जिन्ना संसार उन्हें बनाया है उन्हूं वह खत्म करन वाला है, मेटन वाला है, लय करन वाला है। हुण आपां पिछे पढ़ के आए सी, बहाना कोई भी बन सकता, नमो रोग रोगे। रोग राही मिटे शरीर जां घटना राही मिटे शरीर जां होर किसे कारण करके मिटे शरीर, पर अखीर जाना तो सबनों ही पैंदा है। कोई भी इदां दी ताकत नहीं जिहड़ी संसार दे विच ठहर पाउंदी है, अपने समय ते सारियां खत्म हो जांदियां। अर्थ चेते आ गया कि नाम कौन जप सकता है। धार्मिक ग्रंथां दे विच ना बड़ा सोहना लिखिया, नमो रोग रोगे। आप हैरान होवोगे धार्मिक ग्रंथ कहिंदे ने भी बिना दुख तो वराग पैदा नहीं हुंदा। आपां पढ़दे भी हां दुख दारू सुख रोग पया, सुख नूं की मन्निया वा? बीमारी। ते दुख नूं की मन्निया? दवाई। रोग तो बिना भाव अर्थ की होया? दुख। अर्थ तो ये चलते पे आ सरबंग प्रणासी, सब नूं खत्म करता है। कोई रोग ना हुंदा है, कोई घटना ना हुंदा है, किसे तरह हुंदा है। रोग तो भाव दुख तो बिना दुनिया च ना एक भुलेखा जिहा बनिया रहिंदा भी ये संसार मेरा वा। ते दुख फिर आण के ना भुलेखा कढ़दा, प्रीतम जान लेहो मन माही, अपने सुख स्यों ही सब जग फांदे हो, को काहू को नाही। सुख मैं आन बहुत मिल बैठत, रहत चहूं दिस घेरे बिपत परी, सब ही संग छड़त को ना आवत नेरे। जिदण तेनों दुख पै गया तेरे नेड़े नहीं आना किसे। रोग कादे वास्ते है? वराग पैदा करन वास्ते। ते नाले किसे ने सवाल कीता सी ना भी नाम नहीं जपया जांदा, वाकया नहीं जपया जाता, आखण औखा साचा नाम। नाम रब पता कितों जपाउंदा वा? जिहदे चार बल भांदा, चार चार आसरे भांदा, वह नाम जप सकदा। धार्मिक ग्रंथां मुताबक अगे वाहिगुरु स्वतंत्र है, जो चाहे कर सकदा। पहला की है? वप बल, तप बल और बाहू बल, चौथा बल है दाम। सूर कसूर कृपा ते सब बल हारे को हरी नाम। शरीरक बल इहदा माण तोड़दा पहला, फिर की हो गया ताप बल, ताप दा माण तोड़दा, फिर की हो गया आप बल, ताप बल और बाहू बल, बाहवां दा बल।
चौथो बल है दाम पैसे दा बल माण। ये चार बल जिदे भन्ने सूर किशोर कृपा ते सब बल हरे को हरि नाम। ओ रब दा ना जप सकता होर कोई नहीं। वैसे विच चलदिआं चलदिआं चेते आ गया सी सरबंग प्रणासी भी वाहिगुरु परमेशर सब नू खत्म करता है, रोग राही करे किसे राही करे अखीर खत्म ते हरेक जी नू होना पैदा है। वैसे वे चलदिआं चलदिआं चेते आ गया ना पिछे पंक्ति आई सी नमो रोग रोगे। रोग दा भी रोग है कि दुख करके दुनिया की असलीयत पता लगती है ते जदों दुनिया की असलीयत पता लगती फिर वराग पैदा होंदा रब नू मिलना। चलो इस समा ज़्यादा हो रहा, दो तरह के विशेषण ने, एक सरूप विशेषण ते एक तटस्थ विशेषण। सरूप विशेषण जेड़े बदलना, जिवें तुसी मिठे चों मिठास नहीं कढ सकते, निम चों कड़त्तन नहीं मार सकते कढ सकते, वो नैचुरल चीज़ है कुदरती चीज़ है। ता सत चित हमेशा रहूगा, चेतना आनंद सरूप आ, ये रब का की आ सरूप, तो रब हमेशा इदा का ही रहना है, सदा सच का आनंद बदलना नहीं, इस करके सदा लिखिया महाराज। तो दूसरे बन्ने पैदा करन वाला पालन वाला मारन वाला, ये किहड़े विशेषण तटस्थ, ये हमेशा नहीं रहने, जिन्ना चिर दुनिया उन्ना चिर ही, जिदन दुनिया खत्म हो गई फिर किनू मारना वा। जिन्हों सुन समाध भी महाराज ने आख्या ना सुखमनी साहब के सुन समाधि की अष्टपदी के बयान किया है। तो इस करके सरबंग प्रणासी जिहड़ा सारियां नूं खत्म करन वाला है, अनूपे अरूपे समस्तुल निवासी, ते ओ वाहिगुरु की है उपमा तो रहत अनूप, उपमा नहीं उहदी मुक सकदी। जिवें पहलां भी बेनती की जेते बदन सृष्ट सब धारे, अरूपे रूप तो रहत, ते आ जिहड़ा समस्तुल शब्द आ ना ये नोट करन वाला, ये कलगीधर दी काढ़ आ कि कलगीधर किड्डे वड्डे विद्वान होणगे। क्यों समस्तुल विच दो भाषा वा, समस्ती शब्द की दा संस्कृत दा, अगे उल जां अल की दा वा अरबी दा, अरबी दे विच अल्फ लाम रूप उल जिन्हों इजाफत कहिंदे ने, प्रत्यय अरबी का प्रत्यय जिहदा अर्थ हुंदा दा दे जां दी किसे शब्द के नाल लग गए, जिवें समस्तुल। हुण समस्त जिहड़ा शब्द आ संस्कृत का वा, अगे उल जिहड़ा शब्द आ इजाफत, ये की है अरबी की। ये दसवें पातशाह का चमत्कार है कि दो भाषा जोड़ दित्तियां ने संस्कृत ते अरबी। हुण आम बंदे ने तो आपे कहना वा जी ये बाणी मैनू समझ नहीं आउंदी, जे दसवें पातशाह दी कृपा होते समझ आऊगी, उन्हां ते दो भाषा जोड़ दित्तियां अरबी ते संस्कृत का की मेल आ। पर देखो सिर्फ दुनिया का एक ग्रंथ जाप साहब जिथे संस्कृत ते अरबी जोड़ी दसवें पातशाह। समस्तुल मैंने सारियां दे विच, सारियां दे निवासी जिहड़ा विच निवास करन वाला वा, हरेक शरीर च बैठा है, सदा सिद्ध दा बुद्ध दा वृद्ध करता, फिर ओ सदा ही हमेशा ही सिद्ध दा सिद्धियां देण वाला है, बुद्ध दा आत्म विशैणी बुद्धि दी दात, विवेक बुद्धि दी दात देण वाला है, ते धन पदार्थां नूं वृद्ध वधाउण वाला है। उहदा नाम जपियां उहदे गुण गायां किसे वस्तु दे विच माया च पदार्थ च घाटा नहीं रहिंदा है। किड्डे किड्डे महापुरशां दे बचन साखियां सुणियां होणगियां ना कि उन्होंने अरदास करके भोग लवाया ते संगत बेअंत आई पर भंडारा मुकिया ना। संगत ज्यादा आ गई पर फिर भी भंडारा ना मुकिया, क्यों? उहदे विच रब दा आसरा लिया गया सी। जां बड़ी प्रसिद्ध घटना, 20 रुपइयां दा लंगर महाराज ने लाया, अजे तक सिखां तो मुकिया है, चलदा ही आउंदा है, तां उह वधाउण वाला है, किरपा करन वाला है,
की करता है सिद्धियां दा दाता विवेक बुद्धि दा दाता ते वृद्धि करने वाला है। अदो उर्द अर्दं अगं ओग हरता। उर्द कहिंदे ने उपरले लोक नू मैंने स्वर्ग, अदो कहिंदे ने थलड़े लोक नू जिन्हों कहिंदे पताल लोक, अर्द कहिंदे ने विचले नू जिथे आपां वसदे मात लोक। ये तिन्ना लोकां नू पालन वाला ते अगंग पाप ओग समूह सारे पापां नू कटण वाला ओ कौन है? हरता। कटण वाला कौन है? वाहिगुरु परमेश्वर जिहदा नाम जपिया पाप खत्म हो जांदे हन। परम परम परमेश्वरं प्रोश पालं। ओ जिहड़ा परम उत्कृष्ट वड्डा, वड्डियां तों भी वड्डा, दो वारी परम परम आ गया, वड्डियां तों भी वड्डा, वड्डियां तों भी वड्डे ते उन्हां दा भी वड्डा परम ऐश्वर वाला। जिवें दुनिया तों कौन वड्डे? देवी देवते। उन्हां दा उन्हां तों कौन वड्डे? ईश्वर कोटि वाले ब्रह्मा जी, विष्णु जी जां पीर पैगंबर, उन्हां दा भी कौन वड्डा? परम ऐश्वर वाला वह कौन है? वाहिगुरु परमेश्वर। ते परोश पालंग जिहड़ा गुप्त पालना करता है, परोश कहिंदे गुप्त नूं, अखां तों परे देखण नूं ते जापदा है भी माता पिता पालदे आ, पर माता पिता दे पिछे पालण वाला कौन है? परोश गुप्त पालण वाला कौन है? वाहिगुरु परमेश्वर है। देखण नूं ते लगदा है कि धरती पालदी है, जमीन वाहुंदे आ सानूं पालदी, पर जमीन दे विचों अन्न नूं उगाउण वाला कौन है? जल देण वाला कौन है? रोशनी देण वाला कौन है? तां जिहड़ा गुप्त रह के पालना करता है, है सारिआं दे नाल पर गुप्त रह के पालना करन वाला वह कौन है? वाहिगुरू परमेशर। रहिंदा सारिआं नाल है पर देखदा नहीं, सिर्फ नाम जपण वाले समझदे ने ते विश्वास लिआउंदे ने। काहे रे मन चित वह उद्दम जा, आहर हर जीओ परिया, सैल पत्थर मह जन तो पाए, ताका रिजक आगे कर तरिया। ऐसा वाहिगुरु परमेश्वर। सदा सर्वदा सिद्ध दाता दयालं। ते हमेशा ही सारियां नू दाता देन वाला, सिद्धियां देन वाला, ते सदा हमेशा ही सारियां उत्ते दया करन वाला जिहड़ा